ਉਹਨਾਂ 'ਚੋਂ ਸਿਰਫ 28 ਐਸੇ ਨੇ ਜਿਨ੍ਹਾਂ ਦੇ ਖਿਲਾਫ ਕ੍ਰਿਮੀਨਲ ਚਾਰਜਸ ਨੇ। ਇਹ ਮਤਲਬ ਜਿਹੜੇ ਬਾਕੀ ਲੋਕ ਨੇ ਉਹਨਾਂ ਨੇ ਕੋਈ ਕ੍ਰਿਮੀਨਲ ਅਫੈਂਸ ਇੰਡੀਆ ਵਿੱਚ ਨਹੀਂ ਕੀਤਾ ਜਾਂ ਉੱਥੇ ਨਹੀਂ ਕੀਤਾ ਹਿੰਦੁਸਤਾਨ ਦੇ ਖਿਲਾਫ। ਸੋ ਕਿਸੇ ਵੀ ਐਸੇ ਸ਼ਖਸ ਦਾ ਜਿਹਨੇ ਕੋਈ ਕ੍ਰਾਈਮ ਵਿੱਚ ਵਾਇਲੈਂਸ ਵਿੱਚ ਉਹਦਾ ਰੋਲ ਨਹੀਂ ਹੈ, ਉਹਦਾ ਨਾਮ ਕਾਲੀ ਸੂਚੀ ਵਿੱਚ ਮੇਰੇ ਮੁਤਾਬਿਕ ਹਿਊਮਨ ਰਾਈਟਸ ਦੇ ਪੱਖੋਂ ਉਹਦਾ ਨਹੀਂ ਹੋਣਾ ਚਾਹੀਦਾ। ਦੂਸਰਾ ਕਿ ਇਹ ਸੂਚੀ ਜੇ ਆਪਾਂ ਕਹੀਏ ਜੀ ਕਿ 169 ਦੀ ਹੈ ਜਾਂ 200 ਦੀ ਜਾਂ 800 ਦੀ ਹੈ, ਬਿਲਕੁਲ ਗਲਤ ਹੈ। ਸੂਚੀ ਬਹੁਤ ਵੱਡੀ ਹੈ। ਸੂਚੀ ਇਸ ਕਰਕੇ ਹੈ ਵੀ ਹਿੰਦੁਸਤਾਨ ਜਿਹੜਾ ਹੈਗਾ ਉਹ ਕ੍ਰਿਟੀਸਿਜ਼ਮ ਨੂੰ ਬੇਅਰ ਨਹੀਂ ਕਰ ਸਕਦਾ। ਜਦ ਤੱਕ ਤੁਸੀਂ ਇੱਕ ਡੈਮੋਕ੍ਰੇਸੀ ਦੇ ਰਾਹ 'ਤੇ ਨਹੀਂ ਤੁਰਦੇ, ਜਿਹੜਾ ਤੁਹਾਡਾ ਕ੍ਰਿਟਿਕ ਹੈ ਉਹਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ, ਤਦ ਤੱਕ ਇਹ ਸੂਚੀਆਂ ਬਣਦੀਆਂ ਰਹਿਣਗੀਆਂ ਅਤੇ ਰਿਵਿਊ ਹੁੰਦੀਆਂ ਰਹਿਣਗੀਆਂ। ਗਲਤ ਹੈ ਵੇ ਕਿ ਅੱਜ ਤਾਂ ਉਹਨਾਂ ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਜਿਹੜੇ 26 ਜਨਵਰੀ ਨੂੰ ਜਾਂ 15 ਅਗਸਤ ਨੂੰ ਜਾਂ 6 ਜੂਨ ਨੂੰ ਮੁਜ਼ਾਹਰੇ ਕਰਦੇ ਨੇ, ਪਰ ਕੱਲ੍ਹ ਨੂੰ ਐਸੇ ਵੀ ਲੋਕ ਹੋਣਗੇ ਜਿਹੜੇ ਕਿਸੇ ਨਵੇਂ ਇਸ਼ੂ 'ਤੇ ਹਿੰਦੁਸਤਾਨ ਦਾ ਵਿਰੋਧ ਕਰਨਗੇ। ਕਿ ਤੁਸੀਂ ਹਰੇਕ ਨੂੰ ਉਸ ਕਾਲੀ ਸੂਚੀ 'ਚ ਪਾਉਂਦੇ ਰਹੋਗੇ? ਮੇਰੇ ਮੁਤਾਬਿਕ ਜੇ ਕੋਈ ਸ਼ਖਸ ਹਿੰਦੁਸਤਾਨ ਆਉਣਾ ਚਾਹੁੰਦਾ ਭਾਵੇਂ ਉਹ ਕਾਲੀ ਸੂਚੀ 'ਚ ਹੈਗਾ, ਜੇ ਇੱਥੇ ਆ ਕੇ ਉਹ ਕਿਸੇ ਕਾਨੂੰਨ ਦੀ ਉਲੰਘਣਾ ਕਰਦਾ, ਤੁਸੀਂ ਅਰੈਸਟ ਕਰ ਸਕਦੇ ਹੋ ਜੀ। ਜਗਜੀਤ ਸਿੰਘ ਚੌਹਾਨ ਤੋਂ ਜ਼ਿਆਦਾ ਕਾਲੀ ਸੂਚੀ 'ਚ ਕੋਈ ਬੰਦਾ ਨਹੀਂ ਹੋ ਸਕਦਾ। ਉਹ ਇੱਥੇ ਆ ਕੇ ਪੀਸਫੁੱਲ ਡੈਮੋਕ੍ਰੇਟਿਕਲੀ ਰਹੇ, ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋਈ। ਅਤੇ ਉਹਨਾਂ ਦੇ ਇੱਥੇ ਆਉਣ ਨਾਲ ਕੀ ਖਤਰਾ ਪੈਦਾ ਹੋ ਗਿਆ ਹਿੰਦੁਸਤਾਨ ਨੂੰ? ਕੋਈ ਖਤਰਾ ਨਹੀਂ ਪੈਦਾ ਹੋਇਆ। ਜਿਹੜੇ ਲੋਕ ਅੱਜ ਜਦੋਂ ਇਹ ਸਾਰੀ ਚੀਜ਼ਾਂ ਅਸੀਂ ਗੱਲ ਕਰ ਰਹੇ ਹਾਂ, ਕੀ ਕਹਿ ਸਕਦਾ ਸੀ 25 ਸਾਲ ਪਹਿਲਾਂ ਜਾਂ ਉਸ ਵਕਤ ਜਿਹੜਾ ਸੰਤਾਪ ਇੱਕ ਦੌਰ ਸੀਗਾ ਟਰਮੋਇਲ ਦਾ, ਜਿਸ ਵਕਤ ਕਿ ਆਵਾਜ਼ ਉਠਾਉਣਾ ਵੀ ਆਪਣੇ ਆਪ ਵਿੱਚ ਉਕਸਾਉਣ ਦੇ ਬਰਾਬਰ ਸੀਗਾ, ਪ੍ਰੋਵੋਕ ਕਰਨ ਦੇ ਬਰਾਬਰ ਸੀਗਾ। ਉਹ ਚੀਜ਼ਾਂ ਨੂੰ ਅਸੀਂ ਨਜ਼ਰਅੰਦਾਜ਼ ਬੜੀ ਕਨਵੀਨੀਅੰਟਲੀ ਕਰਨਾ ਚਾਹ ਰਹੇ ਹੈਗੇ ਹਾਂ, ਨੋ ਮੈਟਰ ਕਿ ਇਹਨਾਂ ਦੀ ਗੱਲ ਠੀਕ ਹੈ ਵੀ ਸਮੇਂ ਦੇ ਨਾਲ ਚੀਜ਼ਾਂ ਥਿੰਗਸ ਮਸਟ ਬੀ ਯੂ ਨੋ ਰੈਲੀਗੇਟਿਡ ਬੈਕ, ਬਟ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਅਸੀਂ ਅੱਜ ਕੋਈ ਕੁਛ ਨਾ ਐਸੇ ਵੀ ਕੰਸਿਡਰ ਕੀਤੇ ਜਾ ਰਹੇ ਜੋ ਕਿ ਹਾਰਡ ਲਾਈਨਰ, ਐਕਸਟ੍ਰੀਮ ਹਾਰਡ ਲਾਈਨਰ ਮੰਨੇ ਜਾਂਦੇ ਨੇ। ਅਤੇ ਸੋ ਵੀ ਵਿਦੇਸ਼ਾਂ ਦੇ ਵਿੱਚ ਅੱਜ ਵੀ ਉਹ ਆਵਾਜ਼, ਉਹ ਸੁਰ ਖਾਲਿਸਤਾਨ, ਪ੍ਰੋ ਖਾਲਿਸਤਾਨ, ਜਿਹੜੀ ਸੈਪਰੇਟਿਸਟ ਆਵਾਜ਼ਾਂ, ਓਵਰਟੋਨਸ ਹੈਗੀਆਂ ਨੇ, ਉਹ ਬੁਲੰਦ ਹੈਗੀਆਂ ਨੇ। ਉਸ ਹਾਲਾਤ ਦੇ ਵਿੱਚ ਇਸ ਰਿਵਿਜ਼ਨ ਨੂੰ ਦੇਖ ਕੇ ਬਹੁਤ ਸੇ ਐਸਾ ਤਬਕਾ ਪੰਜਾਬ ਦੇ ਵਿੱਚ ਵਸਿਆ ਹੈਗਾ, ਉਹ ਚਿੰਤਿਤ ਜ਼ਰੂਰ ਹੁੰਦਾ ਵੀ ਆਫਟਰ ਆਲ ਅਸੀਂ ਕਿਸ ਪਾਸੇ ਤੁਰ ਰਹੇ ਹਾਂ, ਅਸੀਂ ਉਹ ਸਾਰੀ ਚੀਜ਼ਾਂ ਨੂੰ ਕਿਉਂ ਇੰਨੀ ਸੌਖੇ ਤਰੀਕੇ ਨਾਲ ਭੁਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਕਿ ਅਜੇ ਵੀ ਵਿਦੇਸ਼ਾਂ ਵਿੱਚ ਆਵਾਜ਼ਾਂ ਬੰਦ ਨਹੀਂ ਹੋਈਆਂ। ਪਹਿਲੀ ਗੱਲ ਤਾਂ ਜਿਹੜੇ ਲੋਕਾਂ ਦਾ ਇਹ ਕਹਿਣਾ ਵੀ ਖਾਲਿਸਤਾਨ ਡਿਮਾਂਡ ਕਰਨੀ ਜਿਹੜੀ ਹੈ ਗੈਰ ਕਾਨੂੰਨੀ ਹੈ, ਉਹਦੇ ਬਾਰੇ ਬੜੀ ਸਾਫ਼ ਕਲੈਰਿਟੀ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕਿਹਾ, ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਵੀ ਖਾਲਿਸਤਾਨ ਦੀ ਡਿਮਾਂਡ ਤੁਸੀਂ ਕਰ ਸਕਦੇ ਹੋ, ਗੈਰ ਕਾਨੂੰਨੀ ਨਹੀਂ ਹੈ, ਤੁਸੀਂ ਵਾਇਲੈਂਸ ਪ੍ਰੀਚ ਨਹੀਂ ਕਰ ਸਕਦੇ। ਇਹ ਤਕਨੀਕੀ ਗੱਲ ਹੋ ਗਈ, ਇਟ ਇਜ਼ ਅ ਟੈਕਨੀਕਲ ਟੈਕਨੀਕਲ ਗੱਲ ਨਹੀਂ ਹੈ। ਜਦੋਂ ਹੋਮ ਮਿਨਿਸਟਰ ਉਸ ਨਾਂ 'ਤੇ ਜਦ ਬਹੁਤ ਸਾਰਾ ਲਹੂ ਬਹਿ ਚੁੱਕਿਆ, ਬਹੁਤ ਸੇ ਲੋਕ ਮਾਰੇ ਜਾ ਚੁੱਕੇ ਹਨ, ਖਾਲਿਸਤਾਨ ਦੇ ਨਾਂ 'ਤੇ ਹੀ ਇਹ ਸਾਰੀ ਮੂਵਮੈਂਟਾਂ ਤੁਰੀਆਂ ਸੀਗੀਆਂ, ਇੰਨਾ ਇੱਕ ਬਲੜੀ ਆਫਟਰਮੈਥ ਪੰਜਾਬ ਨੇ ਸੰਤਾਪ ਹਟਾਇਆ, ਬੜੀ ਮੁਸ਼ਕਿਲ ਨਾਲ ਪੰਜਾਬ 'ਚੋਂ ਅੱਤਵਾਦ ਖਤਮ ਹੋਇਆ। ਅੱਜ ਆਪਾਂ ਕਹਿ ਰਹੇ ਵੀ ਤਕਨੀਕੀ ਗੱਲ ਹੈਗੀ ਹੈ ਵੀ ਤੁਸੀਂ ਖਾਲਿਸਤਾਨ ਦੀ ਮੰਗ ਕਰ ਸਕਦੇ ਹੋ ਬਿਕੋਜ਼ ਇਟ ਇਜ਼ ਨਾਟ ਇਲੀਗਲ। ਇੱਕ ਪਾਸੇ ਅਦਾਲਤ ਕਹਿ ਰਹੀ ਹੈ ਕਿ ਕਨਸਟੀਟਿਊਸ਼ਨ ਵਿੱਚ ਪ੍ਰੋਵਾਈਡਡ ਹੈ ਕਿ ਤੁਸੀਂ ਖਾਲਿਸਤਾਨ ਮੰਗ ਸਕਦੇ ਹੋ, ਦੂਸਰੇ ਪਾਸੇ ਸਰਕਾਰ ਹੈ ਕਹਿੰਦੀ ਵੀ ਜਿਹੜੇ ਖਾਲਿਸਤਾਨ ਦਾ ਨਾਰਾ ਲਾਏਗਾ ਉਹਨੂੰ ਤੁਸੀਂ ਜਿਹੜਾ ਹੈਗਾ ਹੈ ਉਹਨੂੰ ਅੱਤਵਾਦੀ ਡਿਕਲੇਅਰ ਕਰੋਗੇ, ਬਿਲਕੁਲ ਕੰਟਰਡਿਕਟਰੀ ਹੈ, ਹੋ ਹੀ ਨਹੀਂ ਸਕਦਾ। ਚਲੋ ਮੈਂ ਇਸੇ ਦੁਬਾਰਾ ਮੈਂ ਦੁਬਾਰਾ ਤੁਹਾਡੇ 'ਤੇ ਆਵਾਂਗਾ, ਕੁਝ ਚੀਜ਼ਾਂ ਇੰਪੋਰਟੈਂਟ। ਬੱਲੀ ਜੀ, ਅੱਜ ਰਿਵਿਜ਼ਨ ਦੀ ਗੱਲ ਹੋ ਰਹੀ ਹੈ, ਅਸੀਂ ਬਲੈਕਲਿਸਟ ਨੂੰ ਰਿਵਾਈਜ਼ ਕਰਨ ਦੇ ਕਾਫੀ ਹੱਦ ਤੱਕ ਕਾਮਯਾਬ ਹੋਏ ਨੇ, ਬਹੁਤ ਇੱਕ ਪਬਲਿਕ ਪ੍ਰੈਸ਼ਰ ਵੀ ਪਿਆ, ਗਵਰਨਮੈਂਟ ਦਾ ਪ੍ਰੈਸ਼ਰ ਵੀ ਪਿਆ, ਪੰਜਾਬ ਵੱਲੋਂ ਪ੍ਰੈਸ਼ਰ ਪਿਆ, ਤਾਂ ਹੀ ਕਰਕੇ ਹਜ਼ਾਰਾਂ ਦੀ ਸੂਚੀ ਅੱਜ 169 'ਤੇ ਸਿਮਟ ਗਈ ਹੈ। ਤੁਸੀਂ ਕਿੱਥੇ ਜਾਂਦਾ ਵੇਖਦੇ ਹੋ? ਅਤੇ ਅੱਜ ਜਦੋਂ ਪੰਜਾਬ ਦੇ ਵਿੱਚ ਅੱਤਵਾਦੀ ਫੜੇ ਜਾ ਰਹੇ ਨੇ, ਹਰ ਰੋਜ਼ ਹਰ ਆਏ ਚੌਥੇ ਦਿਨ ਅਸੀਂ ਇਸ ਕਿਸਮ ਦੀਆਂ ਖਬਰਾਂ ਸੁਣਦੇ ਹੈਗੇ ਨੇ ਵੀ ਵਿਦੇਸ਼ੋਂ ਪਾਰ ਜਾਂ ਸਰਹੱਦੋਂ ਪਾਰ ਪਾਕਿਸਤਾਨ ਦੇ ਵਿੱਚ ਅੱਤਵਾਦ ਦੁਬਾਰਾ ਪੁਨਰ ਸੁਰਜੀਤ ਕਰਨ ਦੀ ਕੋਸ਼ਿਸ਼ਾਂ ਪੰਜਾਬ 'ਚ ਹੋ ਰਹੇ ਨੇ, ਉਸ ਹਾਲਾਤ 'ਤੇ ਇਸ ਰਿਵਿਜ਼ਨ ਅਤੇ ਉਸਦੇ ਨਾਲ ਹੀ ਆਉਣ ਵਾਲੇ ਸਮੇਂ 'ਚ SGPC ਦੇ ਆਉਣ ਵਾਲੇ ਇਲੈਕਸ਼ਨ, ਪੋਲੀਟੀਕਲ ਓਵਰਟੋਨਸ ਵੀ ਨੇ, ਹਾਲਾਤ ਅਨੁਕੂਲ ਹੈਗੇ ਨੇ ਇਸ ਰਿਵਿਜ਼ਨ ਜਾਂ ਇਸ ਲਿਸਟ ਨੂੰ ਖਤਮ ਕਰਨ ਲਈ? ਪਹਿਲੀ ਗੱਲ ਤਾਂ ਮੈਂ ਨਵਕਿਰਨ ਹੋਣਾ ਦੀ ਗੱਲ ਨਾਲ ਸਹਿਮਤ ਹਾਂ ਕਿ ਬੇਸਿਕ ਗੱਲ ਜਿਹੜੀ ਬੁਨਿਆਦੀ ਗੱਲ ਹੈਗੀ ਭਾਰਤ ਸਰਕਾਰ ਦੇ ਐਟੀਚਿਊਡ ਦੀ, ਰਵੱਈਏ ਦੀ, ਵੀ ਉਹ ਜਿਹੜੀ ਲੋਕਤੰਤਰੀ ਅਤੇ ਰਵਾਇਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਜਿਹੜੀਆਂ ਕਦਰ ਕੀਮਤਾਂ ਹੈ ਕਦਰਾਂ, ਵੀ ਉਹਨੂੰ ਉਹਦਾ ਸਤਿਕਾਰ ਕਰਦੀ ਕਿ ਨਹੀਂ ਕਰਦੀ, ਉਹਦੇ 'ਚ ਗੜਬੜ ਉੱਥੇ ਹੈ। ਔਰ ਮੈਨੂੰ ਇਹ ਜੋ ਜਿਸ ਢੰਗ ਨਾਲ ਇਹ ਸੂਚੀ ਦਾ ਹੋ ਰਿਹਾ ਕਾਰਵਾਈ, ਮੈਨੂੰ ਇਹ ਲੱਗਦਾ ਵੀ ਅਜੇ ਵੀ ਉਹ ਭਾਰਤ ਸਰਕਾਰ ਹੈ ਇਹਦੇ ਇਸ ਮਸਲੇ ਬਾਰੇ ਇਮਾਨਦਾਰ ਅਤੇ ਪੂਰੀ ਤਰ੍ਹਾਂ ਉਹ ਜਿਹੜੀ ਉਹਦੀ ਇਹ ਨਹੀਂ ਕਿ ਮਨ ਸਪਸ਼ਟ ਹੁੰਦਾ ਹੈ, ਉਹ ਨਹੀਂ ਅਜੇ ਵੀ ਇੱਛਾ ਸ਼ਕਤੀ ਇਹ, ਕਿਉਂਕਿ ਮੁੱਦਾ ਵਾਰ ਵਾਰ ਉੱਠਦਾ ਜਦੋਂ ਉਹ ਬਾਹਰ ਜਾਂਦੇ ਨੇ, NRI ਸੰਮੇਲਨ ਹੁੰਦਾ ਜਾਂ ਮਤਲਬ ਅਕਾਲੀ ਦਲ ਨੇ ਉਠਾਇਆ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਠਾਇਆ, ਇੱਥੋਂ ਤੱਕ ਕਿ ਹੁਣ ਜਿਹੜੇ ਇੰਡੀਅਨ ਓਵਰਸੀਜ਼ ਕਾਂਗਰਸਾਂ ਬਣੀਆਂ ਨੇ ਉਹ ਵੀ ਉਠਾਉਣ ਲੱਗ ਗਏ, ਮਹਾਰਾਣੀ ਪ੍ਰਨੀਤ ਕੌਰ ਡੈਪੂਟੇਸ਼ਨ ਲੈ ਕੇ ਆਏ ਲੋਕ, ਤਾਂ ਉਹ ਮਤਲਬ ਏਜੰਡਾ ਜਿਹੜਾ ਇਸ ਤਰ੍ਹਾਂ ਦਾ ਬਣ ਗਿਆ
ਉਹ ਇੰਨਾ ਮੁੱਦਾ ਹਾਈਲਾਈਟ ਹੋ ਗਿਆ ਤਾਂ ਭਾਰਤ ਸਰਕਾਰ ਨੂੰ ਇਹ ਇਹ ਲੈਣਾ ਪਿਆ ਮਸਲਾ, ਜਾਂ ਐਂ ਕਹਿ ਲਓ ਵੀ ਇਹਦੇ 'ਤੇ ਹਾਂ ਹਾਮੀ ਭਰਨੀ ਪਈ ਜੀ, ਹਰ ਜਗ੍ਹਾ ਸਵਾਲ ਹੁੰਦਾ ਉਹਨਾਂ ਨੂੰ। ਅਦਰਵਾਈਜ਼ ਵੈਸੇ ਦੇਖਿਆ ਜਾਏ ਅਜੇ ਤੱਕ ਵੀ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਨੇਕ ਨੀਤੀ ਅਤੇ ਇਮਾਨਦਾਰੀ ਅਜੇ ਵੀ ਨਹੀਂ ਹੈਗੀ, ਨਹੀਂ ਤਾਂ ਉਹ ਪੂਰੀ ਜਿਹੜੀ ਸੂਚੀ ਹੈ ਉਹ ਨਸ਼ਰ ਕਰਨ ਉਹਨੂੰ, ਅਤੇ ਘੱਟੋ ਘੱਟ ਵੈਬਸਾਈਟ 'ਤੇ ਪਾਉਣ, ਦੱਸਣ ਕਿ ਕੌਣ ਕਿਹੜੇ ਲੋਕ ਕਿੱਥੇ। ਇੱਕ ਤਾਂ ਇਹ ਆ ਪਹਿਲੂ ਹੈਗਾ, ਦੂਜਾ ਹੈਗਾ ਵੀ ਇਹ ਜੋ ਸਾਡੇ ਸਾਹਮਣੇ ਵੀ ਆਇਆ ਜੋ ਕੁਛ, ਇਹ ਨਾ ਤਾਂ ਪੂਰਾ ਹੈ, ਨਾ ਪੂਰੀ ਸੂਚੀ ਹੈ, ਅਤੇ ਨਾ ਹੀ ਇਹਦੇ 'ਤੇ ਪੰਜਾਬ ਸਰਕਾਰ ਨੇ ਵੀ ਕੀ ਕੀਤਾ ਹੈ ਉਹ ਵੀ ਆਪਾਂ ਨੂੰ ਸਪਸ਼ਟ ਨਹੀਂ ਉਹਨਾਂ ਦਾ। ਚੰਗਾ ਹੁੰਦਾ ਜੇ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਹੁੰਦਾ ਦੱਸਦੇ ਵੀ ਅਸੀਂ ਕੀ ਕੀਤਾ, ਨਾ ਤਾਂ ਦੱਸਣ ਦੀ ਪੋਜੀਸ਼ਨ ਨੇ ਨਾ ਸ਼ਾਇਦ ਦੱਸਣਾ ਚਾਹੁੰਦੇ ਵੀ ਨਹੀਂ, ਦੱਸ ਵੀ ਨਹੀਂ ਰਹੇ ਹੋ। ਉਹ ਇਹ ਕਹਿ ਰਹੇ ਨੇ ਉਹ ਜੇ ਆਫ ਦੀ ਰਿਕਾਰਡ ਕਹਿ ਰਹੇ ਨੇ, ਅਸੀਂ ਤਾਂ ਇਹ ਕਿਹਾ ਹੀ ਨਹੀਂ ਕਿ ਰਿਕਮੈਂਡ ਹੀ ਨਹੀਂ ਕੀਤੇ, ਅਸੀਂ ਤਾਂ ਸਿਰਫ ਦੱਸਿਆ ਕਿ ਇਹਨਾਂ ਦੇ ਕੇਸ ਨਹੀਂ ਹੈਗੇ ਪੰਜਾਬ ਅਤੇ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ, ਪੰਜਾਬ ਸਰਕਾਰ ਦੀ ਇੱਕ ਆਪਣੀ ਬਲੈਕਲਿਸਟ ਵੀ ਹੈਗੀ ਹੈ, 700 ਕੁਛ ਜਿਹੜੇ ਭਗੌੜੇ ਹੈਗੇ ਨੇ ਹੋਰ ਕੇਸਾਂ 'ਚ, ਅਦਰਵਾਈਜ਼ ਜਿਹੜੇ ਉਹਨਾਂ ਦੀ ਵੈਬਸਾਈਟ 'ਤੇ ਪਾਈ ਹੋਈ ਹੈ ਪੰਜਾਬ ਪੁਲਿਸ ਦੀ, ਉਹ ਜਿਹਦਾ ਰਿਵਿਊ ਕਰਕੇ 400 ਕੁਛ ਅਜੇ ਵੀ ਹੈਗੇ ਨੇ, ਉਹਨਾਂ ਨੇ ਖੈਰ ਵੈਬਸਾਈਟ 'ਤੇ ਪਾਈ ਹੋਈ ਹੈ, ਪੰਜਾਬ ਸਰਕਾਰ ਨੇ ਜਿਵੇਂ ਵੈਬਸਾਈਟ 'ਤੇ ਪਾਈ ਹੈ ਵੀ ਕਿਹਦੇ ਕਿੰਨੇ ਕੇਸ ਨੇ ਕਿਹਦੇ ਖਿਲਾਫ ਕੀ ਹੈ, ਪੰਜਾਬ ਪੁਲਿਸ ਦੀ ਵੈਬਸਾਈਟ 'ਤੇ ਤੁਸੀਂ ਦੇਖ ਸਕਦੇ ਹੋ। ਇਵੇਂ ਭਾਰਤ ਸਰਕਾਰ ਨੂੰ ਚਾਹੀਦਾ ਸਾਰੀ ਆਪਣੀ ਇਹ ਕਲੀਅਰ ਹੋ ਜਾਂਦਾ ਕਿ ਕੌਣ ਕੀ ਹੈ। ਪਹਿਲੀ ਗੱਲ ਤਾਂ ਇਹ ਸਪਸ਼ਟ ਪੂਰੀ ਲਿਸਟ ਹੋਣੀ ਚਾਹੀਦੀ। ਦੂਜੀ ਜਿਹੜੀ ਲਿਸਟ ਦੀ ਪੂਰੀ ਦੀ ਗੱਲ ਕਰਦੇ ਹਾਂ, ਮੇਰੇ ਧਿਆਨ 'ਚ ਮੈਂ ਬਹੁਤ ਤੌਰ ਨਿੱਜੀ ਤੌਰ 'ਤੇ ਜਾਣਦਾ ਉੱਥੇ ਕੈਨੇਡਾ ਦੇ ਵਿੱਚ ਵਸੇ ਬੰਦਿਆਂ ਨੂੰ, ਸੁਖਮਿੰਦਰ ਸਿੰਘ ਚੀਮਾ ਪੱਤਰਕਾਰ ਨੇ, ਬੜੇ ਨੋਨ ਪੱਤਰਕਾਰ ਨੇ ਉੱਥੋਂ ਦੇ, ਉਹ ਬੈਂਡ ਨੇ ਉਹਨਾਂ ਦਾ ਨਾਂ ਹੈਗਾ ਉਹਦੇ 'ਚ, ਇਸ ਲਿਸਟ 'ਚ ਹੈ ਨਹੀਂ ਉਹ, ਇਸ ਲਈ ਸਿਰਫ ਇੱਕ ਪੱਤਰਕਾਰ ਹੈਗਾ ਜਿਹੜਾ ਜਿਹੜਾ ਯੂਕੇ ਦਾ ਹੈਗਾ, ਤੇ ਬਹੁਤ ਸਾਰੇ ਹੋਰ ਇਹੋ ਜਿਹੇ ਨੇ ਜਿਹਨਾਂ ਨੂੰ ਅਸੀਂ ਜਾਣਦੇ, ਜਿਹਨਾਂ ਨੂੰ ਆਉਣ ਦੀ ਕਲੈਰਿਟੀ ਨਾ ਹੋਣਾ, ਪਹਿਲੀ ਗੱਲ ਤਾਂ ਸਪਸ਼ਟ ਹੀ ਨਹੀਂ ਹੈ ਨਾ ਇਹ, ਤੇ ਪੂਰਾ ਮਸਲਾ ਹੀ ਕਿਉਂ ਸਪਸ਼ਟ ਨਹੀਂ, ਕਿਉਂਕਿ ਨੇਕ ਨੀਤੀ ਅਜੇ ਹੈ ਨਹੀਂ, ਨੇਕ ਨੀਤੀ ਨਹੀਂ ਹੈਗੀ, ਅਤੇ ਇਸਦੇ ਨਾਲ ਹੀ ਇੱਕ ਇੱਕ ਜਿਹੜੀ ਟਰਾਂਸਪੇਰੈਂਸੀ ਆ ਉਹ ਕਿਤੇ ਨਹੀਂ ਹੈਗੀ। ਅਸੀਂ ਲਿਸਟ ਤੁਹਾਨੂੰ ਟੈਲੀਵਿਜ਼ਨ 'ਤੇ ਵੀ ਦਿਖਾ ਜ਼ਰੂਰ ਰਹੇ ਹਾਂ, ਲੇਕਿਨ ਲਿਸਟ ਦੀ ਕ੍ਰੈਡੀਬਿਲਿਟੀ ਹੈ ਕਿੰਨੀ ਕੁ ਇਹਦੇ 'ਚ ਤੱਥ ਸਹੀ ਹੈਗੇ ਨੇ, ਇਹ ਆਪਣੇ ਆਪ ਵਿੱਚ ਹੈ। ਗੱਲ ਹੋ ਰਹੀ ਹੈ ਉਸ ਬਲੈਕ ਲਿਸਟ ਦੇ ਵਿੱਚੋਂ ਉਹ ਨਾਮਾਂ ਨੂੰ ਡੀਲਿਸਟ ਕੀਤੇ ਜਾਣ ਦੀ, ਜੇ ਪੰਜਾਬ ਗਵਰਨਮੈਂਟ ਦਾ ਅਜੇ ਤੱਕ ਦੇ ਆਫਿਸ਼ੀਅਲ ਬਿਆਨਾਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਹੀ ਸਾਫ਼ ਕੀਤਾ ਵੀ ਜਿਹੜੇ ਵੀ ਨਾਂ ਉਹਨਾਂ ਨੇ ਦਿੱਤੇ ਨੇ ਉਹਨਾਂ ਨੇ ਕੇਂਦਰ ਸਰਕਾਰ 'ਤੇ ਗੱਲ ਛੱਡਤੀ ਹੈ ਵੀ ਕੇਂਦਰ ਸਰਕਾਰ ਆਪਣੇ ਪੱਧਰ 'ਤੇ ਤਸੱਲੀ ਕਰ ਲਵੇ ਵੀ ਕਿਹੜੇ ਲੋਕ ਐਸੇ ਹੈਗੇ ਨੇ ਜਿਨ੍ਹਾਂ ਨੂੰ ਡੀਲਿਸਟ ਕੀਤਾ ਜਾ ਸਕਦਾ ਹੈ, ਉਹ ਰਿਕਮੈਂਡੇਸ਼ਨ ਦੇ ਮੁਤਾਬਿਕ ਜੋ ਕਿ ਪੰਜਾਬ ਸਰਕਾਰ ਨੇ ਕੀਤੀਆਂ ਨੇ ਲੇਕਿਨ ਉਹਨਾਂ ਨੂੰ ਪਬਲਿਕ ਨਹੀਂ ਕੀਤਾ ਗਿਆ। ਸਾਡੇ ਨਾਲ ਇੱਕ ਪੈਰਲ ਮੌਜੂਦ ਹੈ, ਗੱਲਬਾਤ 'ਤੇ ਵਾਪਸ ਆਵਾਂਗੇ। ਇਸ ਬਲੈਕ ਲਿਸਟ ਦੇ ਕਾਰਨ ਬਹੁਤ ਸੇ ਲੋਕਾਂ ਨੂੰ ਹੈਰੈਸਮੈਂਟ ਦਾ ਸਾਹਮਣਾ ਕਰਨਾ ਪਿਆ ਪਿਛਲੇ ਬਹੁਤ ਸੇ ਸਾਲਾਂ ਦੇ ਵਿੱਚ, ਇੱਕ ਵੱਡਾ ਕਾਰਨ ਇੱਕ ਵੱਡਾ ਸਬਬ ਬਣਿਆ ਇਸ ਪੂਰੇ ਮਾਮਲੇ 'ਤੇ ਉਸ ਲਾਮਬੰਦੀ ਦਾ, ਉਸ ਮੋਬਲਾਈਜੇਸ਼ਨ ਦਾ ਜੋ ਕਿ ਓਪੀਨੀਅਨ ਦੇ ਵਿੱਚ ਹੋ ਪਾਏ ਅਤੇ ਜਿਸ ਦੀ ਬਦੌਲਤ ਅੱਜ ਅਸੀਂ ਵੇਖ ਰਹੇ ਹਾਂ ਵੀ ਕਾਫੀ ਛੋਟੀ ਹੋ ਗਈ ਹੈ ਇਹ ਬਲੈਕ ਲਿਸਟਿੰਗ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਚਰਚਾ।